ਕਿਸਾਨ ਵੀਰੋ, ਅੱਜ ਦੀ ਵੀਡੀਓ 'ਚ ਆਪਾਂ ਪਹਿਲਾਂ ਤਾਂ ਗੱਲ ਕਰਨੀ ਹੈ ਕਿ ਪਨੀਰੀ ਦੀ ਬਿਜਾਈ ਤੋਂ ਬਾਅਦ ਆਪਾਂ ਕਿੰਨਾ ਟਾਈਮ ਪਾਣੀ ਆ ਜਿਹੜਾ ਉਹ ਖੇਤ ਵਿੱਚ ਪਨੀਰੀ ਵਾਲੇ ਖੜਾ ਕੇ ਰੱਖਣਾ, ਅਤੇ ਉਸ ਤੋਂ ਬਾਅਦ ਆਪਾਂ ਕਿੰਨੇ ਦਿਨ ਕੰਟੀਨਿਊਸਲੀ ਪਾਣੀ ਆ ਜਿਹੜਾ ਉਹ ਪਨੀਰੀ ਨੂੰ ਦਿੰਦੇ ਰਹਿਣਾ, ਅਤੇ ਫਿਰ ਇਸ ਤੋਂ ਬਾਅਦ ਆਪਾਂ ਕਿਹੜਾ ਸ਼ਡਿਊਲ ਆ ਜਿਹੜਾ ਉਹ ਪਾਣੀ ਦਾ ਬਣਾਉਣਾ, ਜਿਹਦੇ ਨਾਲ ਨਾ ਤਾਂ ਆਪਾਂ ਨੂੰ ਲੋਹੇ ਵਗੈਰਾ ਦੀ ਸਪਰੇਅ ਕਰਨੀ ਪਏ ਅਤੇ ਨਾ ਹੀ ਆਪਣੇ ਖੇਤ ਨੂੰ ਜਿਹੜੀ ਪਨੀਰੀ ਨੂੰ ਜਿੰਕ ਵਗੈਰਾ ਦੀ ਘਾਟ ਆਏ। ਸੋ ਇਹਦੇ ਬਾਰੇ ਅੱਗੇ ਤੁਹਾਡੇ ਨਾਲ ਡਿਟੇਲ 'ਚ ਗੱਲ ਕਰਦੇ ਹਾਂ, ਵੀਡੀਓ ਨਾਲ ਬਣੇ ਰਹੋ। ਅਤੇ ਦੂਸਰੀ ਗੱਲ ਆਪਾਂ ਪਨੀਰੀ ਦੀ ਗਰੋਥ ਬਾਰੇ ਕਰਾਂਗੇ ਕਿ ਕਿਹੜੀ ਕਿਹੜੀ ਚੀਜ਼ ਆਪਾਂ ਪਨੀਰੀ ਦੇ ਉੱਪਰ ਵਰਤ ਸਕਦੇ ਹਾਂ ਜਿਹਦੇ ਨਾਲ ਆਪਣਾ ਪਨੀਰੀ ਵਾਲਾ ਖੇਤ ਆ ਜਿਹੜਾ ਉਹ 25 ਦਿਨਾਂ ਦੇ ਵਿੱਚ ਤਿਆਰ ਹੋ ਜਾਵੇ, ਪੱਟ ਕੇ ਲਾਉਣ ਵਾਲੀ ਹੋ ਜਾਵੇ। ਕਿਉਂਕਿ ਜਿੰਨੀ ਛੋਟੀ ਆਪਾਂ ਪਨੀਰੀ ਖੇਤ ਵਿੱਚ ਲਾਵਾਂਗੇ ਉਨੇ ਹੀ ਟਿੱਲਰ ਆ ਜਿਹੜਾ ਉਹ ਝੋਨਾ ਸੋਹਣੇ ਬਣਾਏਗਾ ਅਤੇ ਝੋਨਾ ਰਹੇਗਾ ਵੀ ਕੂਲਾ ਜਿਹਾ। ਸੋ ਵੀਡੀਓ ਨਾਲ ਬਣੇ ਰਹੋ ਅਤੇ ਨਵੇਂ ਕਿਸਾਨ ਵੀਰ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ। ਕਿਸਾਨ ਵੀਰੋ, ਸਭ ਤੋਂ ਪਹਿਲਾਂ ਜੇਕਰ ਮੈਂ ਗੱਲ ਕਰਾਂ, ਮਤਲਬ ਜਦੋਂ ਆਪਾਂ ਪਨੀਰੀ ਦੀ ਬਿਜਾਈ ਆਪਣੇ ਖੇਤ ਵਿੱਚ ਕਰ ਦਈਦਾ, ਅਤੇ ਉਸ ਤੋਂ ਬਾਅਦ ਤੁਸੀਂ 2 ਦਿਨ ਤੋਂ ਜ਼ਿਆਦਾ ਪਾਣੀ ਆ ਜਿਹੜਾ ਉਹ ਲਗਾਤਾਰ ਖੇਤ ਵਿੱਚ ਖੜਾ ਕੇ ਨਹੀਂ ਰੱਖਣਾ। ਹਾਂ, ਜੇ ਮਤਲਬ ਤੁਹਾਨੂੰ ਲੱਗਦਾ ਅੱਜ ਤੁਸੀਂ ਪਨੀਰੀ ਦੀ ਬਿਜਾਈ ਕੀਤੀ ਆ ਅਤੇ ਕੱਲ੍ਹ ਜਿੰਨੀ ਮਰਜ਼ੀ ਗਰਮੀ ਪੈ ਜਾਵੇ, ਕਈ ਵਾਰੀ ਪਾਣੀ ਦੇਣ ਵੇਲੇ ਤਪਿਆ ਹੁੰਦਾ ਤਾਂ ਆਪਾਂ ਖੇਤ ਵਿੱਚੋਂ ਕੱਢ ਦਈਦਾ, ਪਰ ਨਹੀਂ, ਇੱਦਾਂ ਨਹੀਂ ਕਰਨਾ। ਆਪਾਂ ਲਗਾਤਾਰ 2 ਦਿਨ ਪਾਣੀ ਆ ਜਿਹੜਾ ਉਹ ਖੇਤ ਵਿੱਚ ਖੜਾ ਕੇ ਰੱਖਣਾ, ਭਾਵੇਂ ਮੌਸਮ ਠੰਡਾ ਹੋਏ ਅਤੇ ਭਾਵੇਂ ਹੋਏ ਗਰਮੀ। ਅਤੇ ਉਸ ਤੋਂ ਬਾਅਦ ਆਪਾਂ ਕੀ ਕਰਨਾ, ਫਿਰ ਪਾਣੀ ਕਦੀ ਵੀ ਆਪਣੀ ਪਨੀਰੀ ਆ ਜਿਹੜੀ ਉਹ ਫੁੱਲ ਉੱਪਰ ਤੱਕ ਨਹੀਂ ਭਰਨੀ ਪਾਣੀ ਦੇ ਨਾਲ, ਫਿਰ ਆਪਾਂ ਵੱਤਰ ਦਾ ਪਾਣੀ ਲਾਉਣਾ। ਜੇ ਤੁਹਾਨੂੰ ਲੱਗਦਾ ਕਿ ਹਾਂ ਵੀ ਪਾਣੀ ਜ਼ਿਆਦਾ ਖੇਤ ਨੂੰ ਪੈ ਗਿਆ, ਫਿਰ ਤੁਸੀਂ ਕੱਢ ਵੀ ਸਕਦੇ ਹੋ ਉਹਦਾ, ਠੀਕ ਹੈ। ਅਤੇ ਪਾਣੀ ਤੁਸੀਂ ਕਦੀ ਵੀ ਹੈਵੀ ਆ ਜਿਹੜਾ ਉਹ ਪਨੀਰੀ ਨੂੰ ਨਹੀਂ ਲਾਉਣਾ। ਜੇ ਤੁਸੀਂ ਲਾ ਦਿੰਦੇ ਹੋ, ਤੁਹਾਡੀ ਜ਼ਮੀਨ ਥੋੜ੍ਹੀ ਜਿਹੀ ਹੌਲੀ ਆ, ਜੇ ਭਾਰੀ ਆ, ਫਿਰ ਸਭ ਨਾਲ ਪਹਿਲਾਂ ਲੋਹੇ ਦੀ ਅਤੇ ਜ਼ਿੰਕ ਦੀ ਘਾਟ ਜਿਹੜੀ ਉਹ ਆਏਗੀ। ਅਤੇ ਜੇ ਤੁਹਾਡੀ ਮਤਲਬ ਖੇਤ ਆ ਜਿਹੜਾ ਉਹ ਹੌਲਾ ਆ, ਤਾਂ ਫਿਰ ਉਹਦੇ ਵਿੱਚ ਇਹ ਆਉਣਾ ਕਿ ਉੱਪਰੋਂ ਪੱਤੇ ਆ ਜਿਹੜੇ ਉਹ ਮੱਚਣ ਲੱਗ ਪਣਗੇ, ਜਾਂ ਮਤਲਬ ਪਨੀਰੀ ਦਾ ਰੰਗ ਆ ਜਿਹੜਾ ਉਹ ਬਿਲਕੁਲ ਹੀ ਬਦਲ ਜਾਏਗਾ। ਜਿੰਨੀ ਮਰਜ਼ੀ ਆਪਾਂ ਬਾਅਦ ਵਿੱਚ ਯੂਰੀਆ ਪਾਲੀਏ ਜਾਂ ਕੁਝ ਵੀ ਕਰ ਲਈਏ, ਪਰ ਉਹਦਾ ਰੰਗ ਆ ਜਿਹੜਾ ਉਹ ਹੌਲੇ ਖੇਤਾਂ ਵਿੱਚੋਂ ਨਹੀਂ ਭਰਨਾ। ਅਤੇ ਤਾਂ ਕਰਕੇ ਤੁਸੀਂ ਕੀ ਕਰਨਾ, ਇਹ ਮਤਲਬ 2 ਦਿਨ ਤਾਂ ਲਗਾਤਾਰ ਪਾਣੀ ਖਿਲਾਰ ਲਓ, ਉਹਦੇ ਤੋਂ ਬਾਅਦ 2 ਦਿਨ ਇਹਨੂੰ ਮਤਲਬ 1.5 ਜਾਂ 2 ਦਿਨ ਤੁਸੀਂ ਬਿਲਕੁਲ ਪਾਣੀ ਆ ਜਿਹੜਾ ਉਹ ਖੇਤ ਨੂੰ ਨਹੀਂ ਲਾਉਣਾ। ਜੋ ਤੁਹਾਨੂੰ ਲੱਗਦਾ ਕਿ ਹਾਂ ਵੀ ਪਨੀਰੀ ਆ ਜਿਹੜੀ ਉਂਗਰ ਤਾਂ ਨੂੰ ਚੁੱਕਣ ਲੱਗ ਪਈ ਆ, ਤਾਂ ਫਿਰ ਤੁਸੀਂ ਵੱਤਰ ਦਾ ਪਾਣੀ ਲਾਉਣਾ ਜਿਹੜਾ ਤੁਸੀਂ ਸਵੇਰੇ ਲਾਓ, ਅਤੇ 2-3 ਘੰਟਿਆਂ ਬਾਅਦ ਪਾਣੀ ਆ ਜਿਹੜਾ ਉਹ ਜ਼ਮੀਨ ਪੀ ਜੇ। ਉਹਦੇ ਨਾਲ ਤੁਹਾਡੀ ਨਾ ਤਾਂ ਖੇਤ ਨੂੰ ਲੋਹੇ ਦੀ ਸਪਰੇਅ ਕਰਨੀ ਪਏਗੀ ਅਤੇ ਨਾ ਹੀ ਤੁਹਾਡੇ ਖੇਤ ਨੂੰ ਜ਼ਿੰਕ ਦੀ ਸਪਰੇਅ ਆ ਜਿਹੜੀ ਉਹ ਕਰਨੀ ਪਏਗੀ ਜੇਕਰ ਤੁਸੀਂ ਇਹ ਢੰਗ ਵਰਤ ਲੈਂਦੇ ਹੋ। ਹਾਂ, ਜੇ ਤੁਸੀਂ ਪਾਣੀ ਭਰ ਭਰ ਕੇ ਲਾਈ ਜਾਂਦੇ ਹੋ, ਤਾਂ ਉਹਦਾ ਸਭ ਨਾਲ ਪਹਿਲਾਂ ਇਹੋ ਗੱਲ ਹੈ ਕਿ ਜਾਂ ਤਾਂ ਜੇ ਤੁਹਾਡਾ ਖੇਤ ਹੋਲਾ ਉਹ ਤੁਹਾਨੂੰ ਮੈਂ ਦੱਸਤਾ ਫਿਰ ਕੀ ਹੋਣਾ, ਅਤੇ ਜੇ ਤੁਹਾਡਾ ਖੇਤ ਜ਼ੋਰ ਵਾਲਾ ਤਾਂ ਫਿਰ ਕੀ ਹੋਣਾ, ਉਹ ਮੈਂ ਤੁਹਾਨੂੰ ਪਿੱਛੇ ਦੱਸ ਹੀ ਦਿੱਤਾ। ਤਾਂ ਕਰਕੇ ਤੁਸੀਂ ਇਹ ਗੱਲ ਦਾ ਖਿਆਲ ਆ ਜਿਹੜਾ ਜ਼ਰੂਰ ਰੱਖਣਾ, ਅਤੇ ਅਨਸੈਸਰੀ ਕੋਈ ਵੀ ਸਪਰੇਅ ਆ ਜਿਹੜੀ ਉਹ ਪਨੀਰੀ ਉੱਪਰ ਨਾ ਕਰੋ। ਪਹਿਲਾਂ ਉਹਦਾ ਜਰਮੀਨੇਸ਼ਨ ਦੇਖੋ ਕਿੰਨਾ ਕੁ ਹੋਇਆ ਹੈ ਨਾ, ਅਤੇ ਖੇਤ ਚੰਗੀ ਤਰ੍ਹਾਂ ਬਣਿਆ ਹੋਏ, ਡੂੰਗੀ ਬੇਸ਼ੱਕ ਵਾਈ ਕੀਤੀ ਹੋਏ ਪਰ ਸੁਹਾਗਾ ਮਾਰ ਕੇ ਐਨ ਚੰਗੀ ਤਰ੍ਹਾਂ ਕੈੜਾ ਜਿਹੜਾ ਉਹ ਖੇਤ ਕੀਤਾ ਹੋਏ, ਜਿਹਦੇ ਨਾਲ ਜਾੜ ਆ ਜਿਹੜੀ ਪਨੀਰੀ ਦੀ ਥੱਲੇ ਨਾ ਜਾਏ। ਤਾਂ ਯੂਰੀਆ ਦੇ ਪਹਿਲੀ ਦਾ ਤੁਸੀਂ ਪ੍ਰਯੋਗ ਉਦੋਂ ਕਰਨਾ, ਉਹ ਤੁਸੀਂ ਆਪ ਦੇਖ ਲਓ, ਭਾਵੇਂ 5 ਦਿਨਾਂ ਬਾਅਦ ਸਟੇਜ ਆ ਜਾਵੇ ਅਤੇ ਭਾਵੇਂ 10 ਦਿਨਾਂ ਬਾਅਦ ਸਟੇਜ ਆ ਜਾਵੇ, ਜਦੋਂ ਤੁਹਾਡੀ ਪਨੀਰੀ ਆ ਜਿਹੜੀ ਜੇ ਤੁਸੀਂ ਦੂਰੋਂ ਵੀ ਦੇਖਦੇ ਹੋ ਤਾਂ ਹਰੀ ਹਰੀ ਤੁਹਾਨੂੰ ਲੱਗਣ ਲੱਗ ਪੈਂਦੀ ਆ, ਤਾਂ ਫਿਰ ਤੁਸੀਂ ਪਹਿਲੀ ਡੋਜ਼ ਆ ਜਿਹੜੀ ਉਹ ਯੂਰੀਆ ਦੀ ਪਾ ਸਕਦੇ ਹੋ। ਕੋਈ ਬਾਹਲਾ ਇਹ ਮਤਲਬ ਯੂਰੀਆ ਪਾਉਣ ਦੀ ਲੋੜ ਨਹੀਂ। ਇੱਕ ਟਾਈਮ 'ਤੇ ਮੰਨ ਲਓ ਐਗਜ਼ਾਮਪਲ ਦੇ ਤੌਰ 'ਤੇ ਤੁਸੀਂ ਕਨਾਲ ਥਾਂ ਬੀਜਿਆ ਹੋਇਆ ਅਤੇ ਉਹਦੇ ਵਿੱਚ 2 ਕਿਲੋ ਤੋਂ ਜ਼ਿਆਦਾ ਯੂਰੀਆ ਜਿਹੜੀ ਉਹ ਤੁਸੀਂ ਨਹੀਂ ਪਾਉਣੀ। ਜੇ ਤੁਸੀਂ ਜ਼ਿਆਦਾ ਪਾਉਂਦੇ ਹੋ, ਪਨੀਰੀ ਜ਼ਿਆਦਾ ਕੂਲੀ ਹੋ ਜਾਏਗੀ ਅਤੇ ਗਰੋਥ ਉਹਨੇ ਛੇਤੀ ਕਰ ਜਾਣੀ ਆ, ਅਤੇ ਬਾਅਦ ਵਿੱਚ ਫੰਗਸ ਆ ਜਿਹੜਾ ਜਦੋਂ ਅਸੀਂ ਪੁੱਟ ਕੇ ਖੇਤ ਵਿੱਚ ਲਾਉਣੀ ਆ ਉਹ ਆਉਣ ਦਾ ਵੀ ਡਰ ਆ, ਬੂਟਾ ਜਿਹੜਾ ਉਹ ਵੀ ਕਮਜ਼ੋਰ ਰਹਿਣਾ। ਅਤੇ ਖਾਦਾਂ ਦੀ ਜੇਕਰ ਮੈਂ ਪ੍ਰਯੋਗ ਕਰਾਂ, ਜੇ ਤੁਸੀਂ ਥੱਲੇ DAP ਪਾ ਦਿੰਦੇ ਹੋ ਅਤੇ ਉਹਦੇ ਤੋਂ ਬਾਅਦ ਕੋਈ ਚੀਜ਼ ਆ ਜਿਹੜੀ ਉਹ ਨਾ ਪਾਓ, ਕੋਈ ਪਸ਼ੂਆਂ ਦੀ ਰੇਹ ਨਾ ਪਾਇਓ, ਕੋਈ ਵੀ ਹੋਰ
ਮਤਲਬ ਦੁਕਾਨ ਤੋਂ ਲਿਆ ਕੇ ਪ੍ਰੋਡਕਟ ਆ ਜਿਹੜਾ ਉਹ ਵਿੱਚ ਨਾ ਪਾਇਓ। ਜੇ ਤੁਹਾਨੂੰ ਲੱਗਦਾ ਕਿ ਨਦੀਨ ਜਗ੍ਹਾ ਜ਼ਰੂਰ ਹਰ ਸਾਲ ਬਦਲਿਆ ਕਰੋ, ਜੇ ਤੁਸੀਂ ਹਰ ਸਾਲ ਨਹੀਂ ਬਦਲ ਸਕਦੇ ਇੱਕ ਸਾਲ ਛੱਡ ਕੇ ਦੂਜੇ ਸਾਲ ਜ਼ਰੂਰ ਤੁਸੀਂ ਜਗ੍ਹਾ ਜਿਹੜੀ ਉਹ ਬਦਲ ਲੈਣੀ ਹੈ। ਉਸ ਨੁੱਕਰੇ ਜਿੱਥੇ ਗੁੱਲੀ ਡੰਡਾ ਸੀ, ਕਣਕ ਵਾਰੀ ਜਾਂ ਝੋਨੇ ਵਾਰੀ, ਜਿੱਥੋਂ ਮਤਲਬ ਥੋੜ੍ਹੇ ਬਹੁਤੇ ਵੀ ਨਦੀਨ ਆ ਜਿਹੜੇ ਉਹ ਜੰਮਦੇ ਸੀ, ਅਤੇ ਉਸ ਜਗ੍ਹਾ 'ਤੇ ਪਨੀਰੀ ਆ ਜਿਹੜੀ ਉਹ ਕਦੀ ਵੀ ਨਹੀਂ ਲਾਉਣੀ। ਜੰਮਦੇ ਪਹਿਲਾਂ ਹੀ ਪ੍ਰਯੋਗ ਆ ਜਿਹੜਾ ਨਦੀਨਾਂ ਵਾਲਾ ਨਾ ਕਰਿਆ ਕਰੋ। ਹਾਂ, ਜੇ ਤੁਹਾਡੇ ਨਦੀਨ ਜ਼ਿਆਦਾ ਹੀ ਹੋ ਜਾਂਦੇ, ਆਊਟ ਆਫ ਕੰਟਰੋਲ ਮਤਲਬ ਨਿਕਲ ਜਾਂਦੇ ਆ, ਫਿਰ ਤੁਸੀਂ ਸਪਰੇ ਆ ਜਿਹੜੀ ਉਹ ਬਾਅਦ ਵਿੱਚ ਕਰ ਸਕਦੇ ਹੋ। ਪਰ ਕੋਸ਼ਿਸ਼ ਇਹ ਕਰਿਆ ਕਰੋ ਕਿ ਉਹ ਤੁਸੀਂ ਬੰਦਾ ਲਾ ਕੇ ਜਾਂ ਖੁਦ ਕਰ ਲਓ, ਮਤਲਬ ਉਹਨੂੰ ਹੱਥ ਨਾਲ ਜੇਕਰ ਤੁਸੀਂ ਪੁੱਟ ਲੈਂਦੇ ਹੋ ਵਿੱਚੋਂ ਮਤਲਬ ਨਦੀਨ, ਤਾਂ ਉਹਦੇ ਨਾਲ ਤੁਹਾਡੀ ਪਨੀਰੀ ਆ ਜਿਹੜੀ ਉਹ ਮਾਸਾ ਨੁਕਸਾਨ ਨਹੀਂ ਹੋਏਗਾ ਅਤੇ ਰਹੇਗੀ ਵੀ ਤੰਦਰੁਸਤ। ਵਾਧੂ ਚੀਜ਼ਾਂ ਨਾ ਵਰਤਿਓ, ਜਲਦਬਾਜ਼ੀ ਨਾ ਕਰਿਓ, ਪਾਣੀ ਤੁਸੀਂ ਵੱਤਰ ਦਾ ਲਾਉਣਾ, ਯੂਰੀਆ ਤੁਸੀਂ ਦੂਸਰੀ ਆ ਜਿਹੜੀ ਉਹ ਹਫ਼ਤੇ ਬਾਅਦ ਫਿਰ ਦੇ ਦੇਣੀ ਹੈ, ਪਹਿਲੀ ਤੁਸੀਂ ਜਦੋਂ ਹਰਿਓਲ ਦਿਖੇਗੀ ਉਦੋਂ ਦੇਣੀ ਆ, ਠੀਕ ਹੈ। ਤਾਂ ਤੁਹਾਡੀ ਆਰਾਮ ਨਾਲ ਜਿਹੜੀ ਪਨੀਰੀ ਉਹ 25 ਦਿਨਾਂ 'ਚ ਤਿਆਰ ਆ ਜਿਹੜੀ ਹੋ ਜਾਏਗੀ। ਕਈ ਵਾਰੀ ਦੇਖਣ ਨੂੰ ਆਪਾਂ ਨੂੰ ਪਨੀਰੀ ਛੋਟੀ ਲੱਗ ਰਹੀ ਹੁੰਦੀ ਹੈ, ਪਰ ਜਦੋਂ ਆਪਾਂ ਬੂਟਾ ਪੁੱਟੀ ਦਾ ਤਾਂ ਉਹਦੇ ਲੈਂਥ ਆ ਜਿਹੜੀ ਉਹ ਸੋਹਣੀ ਕੀਤੀ ਹੁੰਦੀ ਹੈ। ਅਤੇ ਲੇਜ਼ਰ ਜੇ ਆਪਣੇ ਖੇਤ ਵਿੱਚ, ਉੱਥੇ ਪਨੀਰੀ ਛੋਟੀ ਵੀ ਲੱਗ ਜਾਏ ਤਾਂ ਵੀ ਕੋਈ ਗੱਲ ਨਹੀਂ ਹੁੰਦੀ, ਜਿੱਥੇ ਆਪਾਂ ਲੇਜ਼ਰ ਖੇਤ ਨੂੰ ਕਰਾਇਆ ਹੋਇਆ, ਕਿਉਂਕਿ ਉੱਥੇ ਪਾਣੀ ਦਾ ਲੈਵਲ ਇੱਕੋ ਜਿਹਾ ਰਹਿਣਾ। ਹਾਂ, ਜਿਹੜੇ ਖੇਤ ਉੱਚੇ ਨੀਵੇਂ ਨੇ ਜਾਂ ਕਿਤੇ ਵੱਧ ਪਾਣੀ ਖਲੋਂਦਾ ਘੱਟ ਖਲੋਂਦਾ, ਉੱਥੇ ਹਮੇਸ਼ਾ ਹੀ ਪਨੀਰੀ ਆ ਜਿਹੜੀ ਉਹ ਵੱਧ ਕਰਕੇ ਲਾਓ। ਅਤੇ ਮੇਰੀ ਇੱਕ ਤੁਹਾਡੇ ਅੱਗੇ ਇਹ ਗੁਜ਼ਾਰਿਸ਼ ਆ ਕਿ 32-33 ਇਹਦੇ ਤੋਂ ਇੱਕ ਦੋ ਦਿਨ ਉੱਪਰ ਥੱਲੇ ਜ਼ਰੂਰ ਕਰ ਲਓ, ਪਰ ਇਹਦੇ ਤੋਂ ਵੱਧ ਪਨੀਰੀ ਆ ਜਿਹੜੀ ਉਹ ਨਾ ਲਾਇਓ। ਜੇ ਤੁਸੀਂ ਜ਼ਿਆਦਾ ਖੇਤੀ ਕਰਦੇ ਹੋ ਤਾਂ ਸਟੈਪ ਵਾਈਜ਼ ਪਨੀਰੀ ਦੀ ਬਿਜਾਈ ਆ ਜਿਹੜੀ ਉਹ ਕਰਿਓ। ਇਹ ਨਾ ਕਰਿਓ ਕਿ ਅੱਜ ਹੀ ਬੀਜ ਕੇ ਆਪਾਂ ਸਾਰਾ ਕੰਮ ਆ ਜਿਹੜਾ ਉਹ ਮੁਕਾ ਦਈਏ, ਇਹਦੇ ਨਾਲ ਆਪਣਾ ਨੁਕਸਾਨ ਆ ਜਿਹੜਾ ਉਹ ਹੋ ਸਕਦਾ, ਕਿਉਂਕਿ ਪਨੀਰੀ ਪੱਕ ਜਾਣੀ ਆ, ਜਦੋਂ ਆਪਣਾ ਝੋਨਾ ਲੱਗਣਾ ਤਾਂ ਫਿਰ ਉਹਦਾ ਨਾ ਤਾਂ ਬੂਟਾ ਮਾਰਨਾ ਮਤਲਬ, ਅਤੇ ਖੁਰਾਕ ਵੀ ਇਹਨੇ ਜ਼ਿਆਦਾ ਖਾਣੀ ਹੈ ਅਤੇ ਝਾੜ ਆ ਜਿਹੜਾ ਉਹ ਵੀ ਆਪਾਂ ਨੂੰ ਪ੍ਰੋਪਰ ਨਹੀਂ ਮਿਲਣਾ। ਸੋ ਇਹ ਦੋਨੋਂ ਡਾਊਟ ਤੁਹਾਡੇ ਕਲੀਅਰ ਕਰ ਲਏ ਆ। ਇਹ ਵੀਡੀਓ ਚੰਗੀ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਿਓ ਅਤੇ ਹੋਰ ਕਿਸਾਨ ਵੀਰਾਂ ਤੱਕ ਵੀਡੀਓ ਜਿਹੜੀ ਉਹ ਵੀ ਸ਼ੇਅਰ ਕਰਿਆ ਕਰੋ। ਧੰਨਵਾਦ ਜੀ।